मैं किसान मजदूर संघर्ष कमेटी का सूबा जनरल सकत्तर सरवण सिंह पंधेर बोलदा जी। जड़ा दिल्ली पुलिस फोर्स वालों रूट बना के दिता गया, असी मोदी सरकार के इस रूट तो सहमत नहीं है। असी 26 जनवरी का गणराज दिहाड़ा बिल्कुल पीसफुली अमन अमन तरीके करांगे। तो जड़ा पहलो सांझा ऐलान संयुक्त मोर्चे तो उहदियां तालमेल वालियां जथेबंदियां ने कीता सी, असी उस रूट के अनुसार उस रिंग रोड से जड़ा वा वो ट्रैक्टर परेड करांगे। असी सरकार दे किसे दबाव च आ के कोई इहोजिहा फैसला नहीं करना चाहते। सो सानू डेमोक्रेसी विच आप दा प्रोग्राम करन दा हक आ। दोहरे रिपीट करदे आ, किसे किस्म दे समारक ते जड़ी परेड सरकार ने करनी आ ਉਹ ਪਰੇਡ ਆਪਣੇ ਹਿਸਾਬ ਨਾਲ ਕਰਨ, ਉਹਨੂੰ ਡਿਸਟਰਬ ਕਰਨ ਦਾ ਉੱਧਰ ਜਾਣ ਦਾ ਆਪਣਾ ਕੋਈ ਇਰਾਦਾ ਨਹੀਂ, ਨਾ ਲਾਲ ਕਿਲੇ 'ਤੇ, ਨਾ ਕੋਈ ਸਮਾਰਕ ਜਿਹੜਾ ਉੱਤੇ ਕਬਜ਼ਾ ਲੈਣ ਦਾ, ਨਾ ਕੋਈ ਹਥਿਆਰ ਲੈ ਕੇ ਚੱਲਾਂਗੇ। ਆਪਣੀ ਟਰੈਕਟਰ ਪਰੇਡ ਕਰਨ ਤੋਂ ਬਾਅਦ ਮਿੱਥੇ ਆਪਣੇ ਪ੍ਰੋਗਰਾਮ ਆਪਣੀ ਸਟੇਜ 'ਤੇ ਵਾਪਸ ਆਵਾਂਗੇ। ਪਰ ਜੋ ਐਲਾਨ ਪਹਿਲੋਂ ਹੋਇਆ ਸੀ ਉਹਦੇ 'ਤੇ ਹੀ ਆਪਾਂ ਜਿਹੜੇ ਆ ਉੱਤੇ ਹੀ ਨਿਰਭਰ ਕਰਦੇ, ਉਹਦੇ 'ਤੇ ਹੀ ਕਾਇਮ ਆ। ਸੋ ਅੱਜ 10 ਵਜੇ ਦਿੱਲੀ ਪੁਲਿਸ ਫੋਰਸ ਨਾਲ ਸਾਡੀ ਮੀਟਿੰਗ ਹੋਣ ਜਾ ਰਹੀ ਆ। ਇਹਦੋਂ ਬਾਅਦ ਕੀ ਬਣਦਾ, ਫਿਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਾਂਗੇ ਸਾਰੇ ਪ੍ਰੈਸ ਵਾਲਿਆਂ ਨੂੰ ਅਸੀਂ, ਉਦੋਂ ਬਾਅਦ ਇਹ ਸਾਰਾ ਪ੍ਰੋਗਰਾਮ ਆਪਣਾ ਜਿਹੜਾ ਵਾ ਦੱਸ ਦਿਆਂਗੇ। ਮੈਂ ਪੰਜਾਬ ਦੇ ਨੌਜਵਾਨਾਂ ਅੱਗੇ ਹੱਥ ਜੋੜ ਕੇ ਝੋਲੀ ਅੱਡਣਾ ਚਾਹੁੰਦਾ। ਪਹਿਲੋਂ ਵੀ ਸਾਡੀਆਂ ਤੁਸੀਂ ਝੋਲੀਆਂ ਭਰੀਆਂ, ਹੁਣ ਵੀ ਭਰੋਗੇ। ਭਰਾਓ, ਸਰਕਾਰ ਦੀ ਢਿੱਲ ਲੱਗੀ ਆ, ਕੋਈ ਨਾ ਕੋਈ ਬਹਾਨਾ ਭਾਲ ਕੇ ਉਹ ਕੋਈ ਸ਼ਰਾਰਤ ਕਰਾਉਣਾ ਚਾਹੁੰਦੀ ਆ। ਜਦੋਂ ਅਸੀਂ ਉਸ ਰਿੰਗ ਰੋਡ 'ਤੇ ਟਰੈਕਟਰ ਪਰੇਡ ਦਾ ਆਪਾਂ ਮੰਗ ਕਰ ਰਹੇ ਹਾਂ ਸਾਨੂੰ ਕੀਤੀ ਜਾਵੇ, ਸਾਨੂੰ ਬਦਨਾਮ ਕੀਤਾ ਜਾਊ, ਸਾਡੇ 'ਤੇ ਲਾਸ਼ਾਂ ਲਾਏ ਜਾਣਗੇ। ਸੋ ਮੈਨੂੰ ਪਤਾ ਤੁਸੀਂ ਜਾਗਦੇ ਰਹੋ, ਅੱਜ ਦੀ ਦਿਨ ਰੈੱਡ ਅਲਰਟ ਕਰ ਦਿਉ, ਐਂ ਰਾਖੀ ਕਰਨੀ ਆ। ਔਰ ਇਸ ਵੱਡੇ ਦੁਨੀਆ ਦੇ ਵੱਡੇ ਪ੍ਰੋਗਰਾਮ ਨੂੰ ਜਿਹੜਾ ਇਤਿਹਾਸਕ ਹੋਏਗਾ ਉਹਨੂੰ ਅਮਨ ਅਮਨ ਐਲਾਨ ਨਾ ਕਰਨ ਤੋਂ ਬਾਅਦ ਵਾਪਸ ਆ ਗਏ, ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਜਾਣਗੇ। ਭਰਾਵੋ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਨਾਂ ਤੁਸੀਂ ਕਹਿਲੋ ਵੀ ਕਦੀ ਬਦਨਾਮ ਨਹੀਂ ਹੁੰਦਾ, ਹੁਣ ਵੀ ਨਾ ਹੋਣ ਦਿਓਗੇ। ਸਭ ਤੋਂ ਅੱਗੋਂ ਇਸ ਪਰੇਡ ਦੇ ਵਿੱਚ ਅਸੀਂ ਹੋਵਾਂਗੇ, ਅਸੀਂ ਆਪਣੇ ਟਰੈਕਟਰ 'ਤੇ ਪੱਕਾ ਕੈਡਰ ਕਰਾਂਗੇ। ਸਾਡੇ ਜਾਬਤੇ ਨੂੰ ਜ਼ਰੂਰ ਹੱਥ ਜੋੜ ਕੇ ਬੇਨਤੀ ਆ ਮੰਨਿਓ। ਸੋ ਇਸ ਕਰਕੇ ਪੁਰਅਮਨ ਤਰੀਕੇ ਨਾਲ ਪਰੇਡ ਕਰਕੇ ਮਿੱਥੇ ਪ੍ਰੋਗਰਾਮ ਦੇ ਮੁਤਾਬਕ ਅਤੇ ਫਿਰ ਆਪਣੇ ਟਰੈਕਟਰ ਆਪਣੇ ਨਿਸ਼ਾਨੇ 'ਤੇ ਵਾਪਸ ਆਵਾਂਗੇ। ਔਰ ਸਰਕਾਰ ਨੂੰ ਜਿਹੜੇ ਲਾਸ਼ਾਂ ਲਾਉਂਦੀ ਆ ਵੀ ਐਂ ਕਰ ਦੇਣਗੇ, ਐਂ ਕਰ ਦੇਣਗੇ, ਅਜਿਹਾ ਜਿਹਾ ਕੁਛ ਨਹੀਂ ਹੋਣ ਦਿਆਂਗੇ। ਆਪਣੇ ਘੋਲ ਦੀ ਰਾਖੀ ਕਰਨੀ ਜੇ, ਆਪਣੇ ਘੋਲ ਨੂੰ ਬਚਾ ਕੇ ਚੱਲਣਾ ਦੇ, ਅਤੇ ਪ੍ਰੋਗਰਾਮ ਕਰਕੇ ਸਰਕਾਰ ਦੇ ਮੂੰਹ 'ਤੇ ਚਪੇੜ ਵੀ ਮਾਰਨੀ ਜੇ। ਧੰਨਵਾਦ।